ਜੇਕਰ ਘਰ ਦੇ ਬਾਹਰ ਆਤਿਸ਼ਬਾਜ਼ੀ ਹੋ ਰਹੀ ਹੋਵੇ ਤਾਂ ਗਲਤੀ ਨਾਲ ਵੀ ਬਾਹਰ ਨਿਕਲ ਕੇ ਨਾ ਦੇਖਿਓ, ਕਿਉਂਕਿ ਇਹ ਸ਼ਰਾਰਤੀ ਅਨਸਰ ਅਤੇ ਗੁੰਡੇ ਹੋ ਸਕਦੇ ਨੇ ਜੋ ਆਤਿਸ਼ਬਾਜ਼ੀ ਦੀ ਆੜ ਦੇ ਵਿੱਚ ਗੁੰਡਾਗਰਦੀ ਕਰਦੇ ਨੇ। ਹੁਣ ਇਸ ਵੀਡੀਓ ਨੂੰ ਹੀ ਦੇਖ ਲੋ, ਜਿਸ ਵਿੱਚ ਪਹਿਲਾਂ ਤਾਂ ਇਹ ਬਦਮਾਸ਼ ਗਲੀਆਂ ਦੇ ਵਿੱਚ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਉਂਦੇ ਨੇ ਤੇ ਫਿਰ ਇੱਕ ਮੋੜ ਤੇ ਜਾ ਕੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਨੇ। ਇੱਕ ਪਾਸੇ ਤਾਂ ਪਟਾਕੇ ਚਲਾਉਂਦੇ ਰਹਿੰਦੇ ਨੇ ਤੇ ਦੂਜੇ ਪਾਸੇ ਇਹ ਸਾਰੇ ਸ਼ਰਾਰਤੀ ਅਨਸਰ ਆਪਣੇ ਹਥਿਆਰਾਂ ਦੇ ਨਾਲ ਪੂਰੀ ਗਲੀ 'ਚ ਫੈਲ ਜਾਂਦੇ ਨੇ। ਬਾਹਰ ਲੱਗੀਆਂ ਬਾਈਕ ਗੱਡੀਆਂ ਸਭ ਦੀ ਭੰਨ ਤੋੜ ਕਰਨ ਲੱਗ ਪੈਂਦੇ ਨੇ, ਲੋਕਾਂ ਦੇ ਬੂਹਿਆਂ ਤੇ ਡੰਡੇ ਮਾਰਦੇ ਨੇ, ਤੇਜ਼ ਧਾਰ ਹਥਿਆਰ ਮਾਰਦੇ ਨੇ, ਲਗਾਤਾਰ ਭੰਨ ਤੋੜ ਕਰਦੇ ਰਹਿੰਦੇ ਨੇ ਤੇ ਇਹ ਸੀਸੀਟੀਵੀ ਤਸਵੀਰਾਂ ਨੇ ਪੋਲ ਖੋਲੀ ਹੈ ਕਿ ਕਿਸ ਤਰ੍ਹਾਂ ਗਲੀਆਂ ਦੇ ਵਿੱਚ ਸ਼ਰੇਆਮ ਇਹ ਗੁੰਡੇ ਘੁੰਮ ਰਹੇ ਨੇ, ਗੁੰਡਾਗਰਦੀ ਕਰਦੇ ਨੇ। ਪਹਿਲਾਂ ਪਟਾਕੇ ਚਲਾਉਂਦੇ ਨੇ ਤਾਂ ਜੋ ਲੋਕਾਂ ਨੂੰ ਆਵਾਜ਼ ਸੁਣਾਈ ਨਾ ਦੇਵੇ ਗੁੰਡਾਗਰਦੀ ਦੀ, ਭੰਨ ਤੋੜ ਦੀ। ਇੱਕ ਪਾਸੇ ਪਟਾਕੇ ਚੱਲਦੇ ਰਹੇ ਤੇ ਦੂਜੇ ਪਾਸੇ ਇਹ ਗੁੰਡਾਗਰਦੀ ਕਰਦੇ ਰਹੇ, ਵਾਹਨਾਂ ਦੀ ਭੰਨ ਤੋੜ ਕਰਦੇ ਰਹੇ, ਦਰਵਾਜ਼ਿਆਂ ਦੀ ਭੰਨ ਤੋੜ ਕਰਦੇ ਰਹੇ। ਇੱਕ ਪਾਸੇ ਤਾਂ ਚੋਣ ਜ਼ਾਬਤਾ ਲੱਗਿਆ ਹੋਇਆ ਤੇ ਦੂਜੇ ਪਾਸੇ ਇਹ ਗੁੰਡੇ ਅਨਸਰ ਸ਼ਰੇਆਮ ਗੁੰਡਾਗਰਦੀ ਕਰ ਰਹੇ ਨੇ, ਜਿਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਇਹ ਤਾਂ ਇਸ ਵੀਡੀਓ ਤੋਂ ਸਾਫ ਜ਼ਾਹਰ ਹੋ ਰਿਹਾ ਹੈ। ਨਾ ਤਾਂ ਇਹ ਕਿਸੇ ਦੀ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾ ਹੀ ਕੋਈ ਅਜਿਹੀ ਗੱਲ ਹੈ ਕਿ ਇਹ ਰੰਜਿਸ਼ ਦੇ ਕਰਕੇ ਕਿਸੇ ਇੱਕ ਤੋਂ ਬਦਲਾ ਲੈ ਰਹੇ ਹੋਣ, ਬਲਕਿ ਇਹ ਸਾਰੇ ਹੀ ਘਰਾਂ ਦੇ ਬਾਹਰ ਲੱਗੇ ਵਾਹਨਾਂ ਦੀ ਭੰਨ ਤੋੜ ਕਰ ਰਹੇ ਨੇ। ਗੱਡੀ ਹੋਵੇ, ਬਾਈਕ ਹੋਵੇ, ਸਕੂਟੀ ਹੋਵੇ, ਸਭ ਨੂੰ ਤੋੜ ਰਹੇ ਨੇ ਤੇ ਦੂਜੇ ਪਾਸੇ ਦਰਵਾਜ਼ਿਆਂ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਰਹੇ ਨੇ, ਡਰਾ ਰਹੇ ਨੇ ਲੋਕਾਂ ਨੂੰ। ਇਹ ਵੀਡੀਓ ਬਠਿੰਡਾ ਦੇ ਕਮਲਾ ਨਹਿਰੂ ਕਲੋਨੀ ਦੀ ਦੱਸੀ ਜਾ ਰਹੀ ਹੈ, ਜਿੱਥੇ 10 ਤੋਂ 12 ਦੇ ਕਰੀਬ ਇਹ ਬਦਮਾਸ਼ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਏ ਨੇ। ਪਹਿਲਾਂ ਤਾਂ ਇੱਕ ਮੋੜ ਤੇ ਜਾ ਕੇ ਆਤਿਸ਼ਬਾਜ਼ੀ ਕਰਦੇ ਨੇ, ਪਟਾਕੇ ਚਲਾਉਂਦੇ ਨੇ, ਫਿਰ ਉਸੇ ਦੀ ਆੜ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਨੇ, ਲਗਾਤਾਰ ਡੰਡਿਆਂ ਨਾਲ, ਤੇਜ਼ ਧਾਰ ਹਥਿਆਰਾਂ ਨਾਲ ਗੱਡੀਆਂ ਦੀ ਭੰਨ ਤੋੜ ਕਰਦੇ ਨੇ ਜੋ ਗਲੀ ਦੇ ਵਿੱਚ ਖੜੀਆਂ ਨੇ, ਲੋਕਾਂ ਦੇ ਘਰਾਂ ਬਾਹਰ ਖੜੀਆਂ ਨੇ, ਲੋਕਾਂ ਦੇ ਬੂਹਿਆਂ ਦੇ ਉੱਤੇ ਵੀ ਇਹ ਡੰਡਿਆਂ ਦੇ ਨਾਲ ਕਈ ਵਾਰ ਵਾਰ ਕਰਦੇ ਨੇ। ਤਸਵੀਰਾਂ 'ਚ ਦੇਖੋ ਕਿ ਪਹਿਲੇ ਇੱਕ ਗਲੀ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਨੇ, ਗੱਡੀਆਂ ਦੀ ਭੰਨ ਤੋੜ ਕਰਦੇ ਨੇ ਤੇ ਫਿਰ ਘੁੰਮਦੇ ਦੂਸਰੇ ਪਾਸੇ ਚਲੇ ਜਾਂਦੇ ਨੇ ਗਲੀ ਦੇ, ਤੇ ਫਿਰ ਉੱਧਰ ਵੀ ਬਾਹਰ ਖੜੀਆਂ ਗੱਡੀਆਂ ਦੀ ਭੰਨ ਤੋੜ ਕਰਦੇ ਨੇ, ਦਰਵਾਜ਼ਿਆਂ ਤੇ ਇੱਟੇ ਮਾਰਦੇ ਨੇ, ਡੰਡਿਆਂ ਨਾਲ ਹਮਲਾ ਕਰਦੇ ਨੇ। ਫਿਲਹਾਲ ਇਸਦੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰ ਅਜਿਹੀ ਗੁੰਡਾਗਰਦੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਕਿਉਂ ਕੀਤੀ ਗਈ ਹੈ।